ਅੱਗੇ ਪੜ੍ਹਦੇ ਹਾਂ ਜੀ ਭਾਰਤੀ ਕੌਂਸਲ ਐਕਟ 1861 1892 ਅਤੇ 1909 ਹੁਣ ਆਪਾਂ ਕੌਂਸਲਰਾਂ ਦੀ ਲੜੀ ਵਿੱਚ ਤਿੰਨ ਐਕਟ ਪੜ੍ਹਾਂਗੇ ਕੌਂਸਲ ਐਕਟ 61 92 1909 1857 ਦੇ ਵਿਦਰੋਹ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਭਾਰਤ ਦੇ ਪ੍ਰਸ਼ਾਸਨ ਵਿੱਚ ਭਾਰਤੀ ਸਹਿਯੋਗ ਦੀ ਮੰਗ ਕਰਨ ਦੀ ਲੋੜ ਮਹਿਸੂਸ ਕੀਤੀ ਹੁਣ 57 ਦਾ ਵਿਦਰੋਹ ਹੋ ਗਿਆ। ਜ਼ਾਹਿਰ ਜੀ ਕਹ ਲਾ ਕਿ ਇੱਥੋਂ ਦੇ ਲੋਕਾਂ ਦੀ ਕੋਈ ਸ਼ਿਕਾਇਤਾਂ ਰਹੀਆਂ ਹੋਣਗੀਆਂ। ਵੀ ਸਾਡੀ ਰਿਪ੍ਰেজੈਂਟੇਸ਼ਨ ਨਹੀਂ ਹੈਗੀ, ਸਾਡੀ ਨੁਮਾਇੰਦਗੀ ਨਹੀਂ ਹੈਗੀ। ਤੇ ਅਸੀਂ ਗੁਲਾਮ ਆ। ਤੇ ਹੁਣ ਸਰਕਾਰ ਨੇ ਮਹਿਸੂਸ ਕੀਤਾ ਕਿ ਜਿਹੜੀ ਸਾਡੀ ਕਾਉਂਸਲਾਂ ਆ ਨਾ, ਜਿਹੜੀ ਸਾਡੀ ਸਰਕਾਰ ਦਾ ਤਾਣਾ ਬਾਣਾ ਆ, ਉਹਦੇ ਵਿੱਚ ਰਿਪ੍ਰেজੈਂਟੇਸ਼ਨ ਨੁਮਾਇੰਦਗੀ ਦਿੱਤੀ ਜਾਵੇ ਭਾਰਤੀਆਂ ਨੂੰ ਵੀ। ਇਹ ਬ੍ਰਿਟਿਸ਼ ਸਰਕਾਰ ਨੇ ਫੀਲ ਕੀਤਾ ਮਹਿਸੂਸ ਕੀਤਾ ਵੀ ਜੇ ਸਰਕਾਰ ਵਿੱਚ ਭਾਰਤੀਆਂ ਦੀ ਨੁਮਾਇੰਦਗੀ ਹੋਏਗੀ ਤਾਂ ਹੋ ਸਕਦਾ ਕਿ ਅੱਗੇ ਤੋਂ 1857 ਵਰਗੇ ਵਿਦਰੋਹ ਨਾ ਹੋਣ ਉਹ ਸਥਾਨਕ ਪ੍ਰਤੀਨਿਧਤਾ ਦੀ ਮੰਗ ਨੂੰ ਵੀ ਸ਼ਾਂਤ ਕਰਨਾ ਚਾਹੁੰਦੇ ਹਨ ਠੀਕ ਵੀ ਕਿਉਂਕਿ ਲੋਕਲ ਲੋਕ ਵੀ ਚਾਹੁੰਦੇ ਸੀ ਅਸੀਂ ਸਰਕਾਰ ਵਿੱਚ ਆਈਏ ਅਤੇ ਭਵਿੱਖ ਵਿੱਚ ਕਿਸੇ ਵੀ ਬਗਾਵਤ ਤੋਂ ਬਚਣਾ ਚਾਹੁੰਦੇ ਸਨ ਠੀਕ ਹੈ ਜੀ ਪਹਿਲਾ ਪੜ੍ਹਦੇ ਜੀ 1861 ਹੁਣ ਦੇਖੋ 58 ਵਿੱਚ ਗਵਰਨਮੈਂਟ ਆਫ ਇੰਡੀਆ ਐਕਟ ਆ ਗਿਆ ਸੀ 57 ਚ ਵਿਦਰੋਹ ਹੋਇਆ ਸੀ ਤੇ ਉਸ ਤੋਂ ਕੁਝ ਸਾਲਾਂ ਬਾਅਦ 61 ਵਾਲਾ ਐਕਟ ਆਇਆ ਇੰਡੀਅਨ ਕੌਨਸਲ ਐਕਟ 1861 ਹੁਣ ਕਿਹਦੇ ਰਾਜ ਵਿੱਚ ਆਇਆ ਇਹ ਪੁੱਛਿਆ ਜਾ ਸਕਦਾ ਮੈਂ ਦੱਸਿਆ ਸੀ ਮੈਂ ਸੰਜਾਤ ਲੈ ਕੇ 62 ਤੱਕ ਕੌਣ ਸੀ ਲਾਰਡ ਕੈਨਿੰਗ ਤੇ ਲਾਰਡ ਕੈਨਿੰਗ ਦੇ ਰਾਜ ਆਇਆ ਵਾਇਸਰਾਏ ਉਸ ਵੇਲੇ ਕੌਣ ਸੀ ਭਾਰਤ ਦਾ ਲਾਰਡ ਕੈਨਿੰਗ ਇਹਦੇ ਕੁਝ ਵਿਸ਼ੇਸ਼ਤਾਵਾਂ ਪੜ ਲੈਣੇ ਆ। ਵਾਇਸਰਾਏ ਕੁਝ ਭਾਰਤੀਆਂ ਨੂੰ ਆਪਣੀ ਵਿਸਤ੍ਰਿਤ ਕੌਂਸਲ ਦੇ ਗੈਰ ਸਰਕਾਰੀ ਮੈਂਬਰ ਵਜੋਂ ਨਾਮਜ਼ਦ ਕਰੇ। ਨਾਮਜ਼ਦ ਹੁੰਦਾ ਨੋਮੀਨੇਟ ਕਰੇ। ਵੀ ਜਿਹੜਾ ਭਾਰਤ ਦਾ ਹੈੱਡ ਆ ਵਾਇਸਰਾਏ ਉਹ ਆਪਣੀ ਜਿਹੜੀ ਕੌਂਸਲ ਆ ਉਹਨੂੰ ਥੋੜਾ ਵਧਾਵੇ, ਵਿਸਤ੍ਰਿਤ ਕਰ ਦੇ ਠੀਕ ਆ ਜੀ ਤੇ ਵਧਾਈ ਹੋਈ ਕੌਂਸਲ ਦੇ ਵਿੱਚ ਕੁਝ ਭਾਰਤੀਆਂ ਨੂੰ ਵੀ ਨੋਮੀਨੇਟ ਕਰੇ। ਕਿਸ ਤਰ੍ਹਾਂ? ਐਜ਼ ਗੈਰ ਸਰਕਾਰੀ ਮੈਂਬਰ। ਨੌਨ ਆਫੀਸ਼ੀਅਲ ਮੈਂਬਰ ਦੇ ਰੂਪ ਵਿੱਚ ਆਫੀਸ਼ੀਅਲ ਹੁੰਦਾ ਜੀ ਕੁਝ ਇੱਕ ਇਹਨਾਂ ਦਾ ਆਪਣਾ ਚੁਣ ਕੇ ਜਾਂ ਕਿਸੇ ਤਰ੍ਹਾਂ ਸਿਲੈਕਟ ਹੋ ਕੇ ਆਏ ਹੁਣ ਇਹਨਾਂ ਨੇ ਭਾਰਤੀਆਂ ਨੂੰ ਨਾਲ ਲੈ ਲਿਆ ਪਰ ਉਹਨਾਂ ਕੋਲ ਨਾ ਆਫੀਸ਼ੀਅਲ ਮੈਂਬਰ ਜਿੰਨੀ ਨਹੀਂ ਪਾਵਰ ਨਹੀਂ ਹੁੰਦੀ ਇਸ ਲਈ ਉਹਨਾਂ ਨੂੰ ਗੈਰ ਸਰਕਾਰੀ ਮੈਂਬਰ ਵਿੱਚੋਂ ਨਾਮਜ਼ਦ ਕਰੇ ਤੁਸੀਂ ਸਿੰਪਲ ਹੀ ਯਾਦ ਰੱਖ ਲਓ ਵੀ ਕੁਝ ਮੈਂਬਰ ਭਾਰਤੀਆਂ ਭਾਰਤੀ ਮੈਂਬਰ ਵੀ ਹੁਣ ਬਾਇਸ ਰਾਜ ਦੀ ਕੌਂਸਲ ਵਿੱਚ ਆਉਣ ਲੱਗ ਗਏ 61 ਤੋਂ ਸ਼ੁਰੂਆਤ ਹੋ ਗਈ ਠੀਕ ਹੈ ਜੀ 1862 ਵਿੱਚ ਉਸ ਸਮੇਂ ਦੇ ਵਾਇਸਰਾਏ ਕੌਣ ਸੀ ਲਾਰਡ ਕੈਨਿੰਗ ਯਾਦ ਰੱਖਣਾ ਲਾਰਡ ਕੈਨਿੰਗ ਨੇ ਆਪਣੀ ਵਿਧਾਨ ਸਭਾ ਵਿੱਚ ਆਪਣੀ ਕੌਂਸਲ ਵਿੱਚ ਤਿੰਨ ਭਾਰਤੀਆਂ ਨੂੰ ਨਾਮਜ਼ਦ ਕੀਤਾ ਨੋਮਿਨੇਟ ਕੀਤਾ ਤਿੰਨ ਭਾਰਤੀਆਂ ਨੂੰ ਤੇ ਇਹਨਾਂ ਦੇ ਨਾਮ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਪਹਿਲੀ ਵਾਰ ਕਿਹੜੇ ਨਾਮਜ਼ਦ ਹੋ ਕੇ ਗਏ ਸੀ ਰਾਜਾ ਆਫ ਬਨਾਰਸ ਬਨਾਰਸ ਦਾ ਰਾਜਾ ਪਟਿਆਲੇ ਦਾ ਮਹਾਰਾਜਾ ਅਤੇ ਸਰਦਨਕਰ राव ਇਹ ਤਿੰਨ ਗਏ ਸੀ ਪਹਿਲੀ ਵਾਰ ਆਪਣੇ ਬਾਇਸ ਰਾਏ ਦੀ ਕੌਂਸਲ ਵਿੱਚ ਇਸ ਨੇ ਬੰਬਈ ਅਤੇ ਮਦਰਾਸ ਪ੍ਰੈਸਿਡੈਂਸੀ ਨੂੰ ਵਿਧਾਨਕ ਸ਼ਕਤੀਆਂ ਬਹਾਲ ਕਰ ਦਿੱਤੀਆਂ ਯਾਦ ਕਰੋ ਪਹਿਲਾਂ ਅਸੀਂ ਪੜਿਆ ਕਿ ਇਹਨਾਂ ਦੋ ਪ੍ਰੋਵਿੰਸਸ ਕੋਲੋਂ ਜਿਹਦੀ ਇਹਨਾਂ ਦੀ ਲੈਜਿਸਲੇਟਿਵ ਪਾਵਰ ਸੀ ਵਿਧਾਨਕ ਸ਼ਕਤੀਆਂ ਸੀ ਉਹ ਵਾਪਸ ਲੈ ਲਈਆਂ ਗਈਆਂ ਸੀ ਪਰ ਇਸ ਐਕਟ ਵਿੱਚ ਕੀ ਆ ਦੁਬਾਰਾ ਇਹਨਾਂ ਨੂੰ ਇਹਨਾਂ ਦੀਆਂ ਲੈਜਿਸਲੇਟਿਵ ਪਾਵਰਸ ਵਾਪਸ ਕਰ ਦਿੱਤੀਆਂ ਗਈਆਂ ਇਸ ਤਰ੍ਹਾਂ ਵਿਕੇਂਦਰੀਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਵਿਕੇਂਦਰੀਕਰਨ ਮਤਲਬ ਡੀਸੈਂਟਰਲਾਈਜੇਸ਼ਨ ਠੀਕ ਹੈ ਜੀ ਪਹਿਲਾਂ ਸੈਂਟਰਲਾਈਜੇਸ਼ਨ ਚੱਲਦਾ ਰਿਹਾ ਹੁਣ ਵਿਕੇਂਦਰੀਕਰਨ ਹੋ ਗਿਆ ਸ਼ੁਰੂ ਇਸ ਨੇ ਬੰਗਾਲ ਉੱਤਰ ਪੱਛਮੀ ਸਰਹੱਤੀ ਪ੍ਰਾਂਤ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸ ਅਤੇ ਪੰਜਾਬ ਲਈ ਨਵੀਆਂ ਵਿਧਾਨ ਸਭਾਵਾਂ ਦੀ ਸਥਾਪਨਾ ਲਈ ਇਹ ਪ੍ਰੋਵੀਜ਼ਨ ਪੇਸ਼ ਕੀਤੀ ਪਹਿਲਾਂ ਇਹਨਾਂ ਨੇ ਕਿਹਾ ਕਿ ਹਾਂ ਵੀ ਦੇਖੋ ਯਾਦ ਕਰੋ ਪਹਿਲਾਂ ਕੀ ਸੀ ਮਦਰਾਸ ਬੰਬੇ ਤੇ ਬੰਗਾਲ ਇਹ ਤਿੰਨ ਹੁੰਦੇ ਸੀ ਸਟੇਟ ਜਿਨ੍ਹਾਂ ਦੇ ਕੋਲ ਕੀ ਸੀ ਵਿਧਾਨ ਸਭਾਵਾਂ ਵਗੈਰਾ ਸੀ ਇਹਨਾਂ ਦੀ ਆਪਣੀ ਕੌਂਸਲ ਸੀ ਸਟੇਟ ਲੈਵਲ ਤੇ ਹੁਣ ਕਿਹਾ ਗਿਆ ਕਿ ਨਹੀਂ ਇਹਨਾਂ ਲਈ ਨਵੀਆਂ ਬਣਾਓ ਨਾਰਥ-ਵੈਸਟ ਫਰੰਟਰ ਪ੍ਰੋਵਿੰਸ ਲਈ ਵੀ ਬਣਾਓ ਪੰਜਾਬ ਲਈ ਵੀ ਬਣਾਓ ਜੋ ਕਿ ਬਾਅਦ ਵਿੱਚ ਕ੍ਰਮਵਾਰ 1862, 1864, 1897 ਵਿੱਚ ਸਥਾਪਿਤ ਕੀਤੀਆਂ ਗਈਆਂ ਸਨ ਠੀਕ ਹੈ ਜੀ ਆ ਬੰਗਾਲ ਵਾਲੀ ਸੈਪਰੇਟ ਬਣਾਓ ਕਿਉਂਕਿ ਹੁਣ ਬੰਗਾਲ ਵਾਲੀ ਕੀ ਸੀ ਇੰਡੀਆ ਟਾਪ ਇੰਡੀਆ ਦੀ ਹੀ ਮੰਨੀ ਜਾਂਦੀ ਸੀ ਇਸ ਲਈ ਬੰਗਾਲ ਦੀ ਅਲੱਗ ਤੋਂ ਬਣਾਓ ਠੀਕ ਹੈ ਜੀ ਇਹ ਤੁਸੀਂ ਪੜ ਲੈਣਾ ਜ਼ਿਆਦਾ ਰੱਟਾ ਮਾਰਨ ਦੀ ਲੋੜ ਨਹੀਂ ਹਾਂ ਇਹਨਾਂ ਕਹਿ ਲਓ ਕਿ ਹਾਂ ਵੀ ਜਿਹੜੀ ਵਿਧਾਨ ਸਭਾਵਾਂ ਦੀ ਕੀ ਐਕਸਪੈਂਸ਼ਨ ਕੀਤੀ ਗਈ ਹੋਰ ਸਟੇਟਾਂ ਵਿੱਚ ਵੀ ਇਹ ਪ੍ਰਵੀਜ਼ਨ ਆਈ ਠੀਕ ਹੈ ਜੀ ਲਾਰਡ ਕੈਨਿੰਗ ਨੇ 1859 ਵਿੱਚ ਪੋਰਟਫੋਲੀਓ ਸਿਸਟਮ ਪੇਸ਼ ਕੀਤਾ ਸੀ ਪੋਰਟਫੋਲੀਓ ਸਿਸਟਮ ਮਤਲਬ ਡਿਪਾਰਟਮੈਂਟਲ ਸਿਸਟਮ ਸਰਕਾਰ ਵਿੱਚ ਅਲੱਗ-ਅਲੱਗ ਡਿਪਾਰਟਮੈਂਟ ਹੋਣਗੇ ਜੋ ਅੱਜ ਦੇ ਸਮੇਂ 'ਚ ਉਹਨੂੰ ਕਹਿੰਦੇ ਆਂ ਜੀ ਡਿਪਾਰਟਮੈਂਟਲ ਸਿਸਟਮ ਪੋਰਟਫੋਲੀਓ ਸਿਸਟਮ ਇਹ 1859 ਵਿੱਚ ਲਾਰਡ ਕੈਨੇਨ ਨੇ ਲੈ ਆਇਆ ਸੀ ਲੈ ਆਇਆ ਸੀ ਹੁਣ ਇਸ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਇਸ ਐਕਟ ਦੁਆਰਾ ਇਸ ਐਕਟ ਨੇ ਇਸ ਪ੍ਰਣਾਲੀ ਨੂੰ ਮਾਨਤਾ ਦਿੱਤੀ ਹੁਣ ਕੁਐਸਚਨ ਆਏਗਾ ਪੋਰਟਫੋਲੀਓ ਸਿਸਟਮ ਨੂੰ ਮਾਨਤਾ ਕਿਹੜੇ ਐਕਟ ਅਧੀਨ ਦਿੱਤੀ ਗਈ ਤੇ ਯਾਦ ਰੱਖਣਾ 1857 ਦੇ ਵਿਦਰੋਹ ਤੋਂ ਬਾਅਦ ਜਿਹੜਾ ਕਾਉਂਸਲ ਐਕਟ ਆਇਆ ਸੀ ਪਹਿਲਾ ਉਹਦੇ ਵਿੱਚ ਦਿੱਤੀ ਗਈ 1861 ਵਾਲੇ ਕੌਂਸਲ ਐਕਟ ਵਿੱਚ ਇਸ ਪ੍ਰਣਾਲੀ ਵਿੱਚ ਵਾਇਸਰਾਏ ਦੀ ਕੌਂਸਲ ਦੇ ਇੱਕ ਮੈਂਬਰ ਨੂੰ ਸਰਕਾਰ ਦੇ ਇੱਕ ਜਾਂ ਇੱਕ ਤੋਂ ਵੱਧ ਵਿਭਾਗਾਂ ਦਾ ਇੰਚਾਰਜ ਬਣਾਇਆ ਗਿਆ ਸੀ ਹੁਣ ਦੇਖੋ ਤਾਂ ਹੁਣ ਪੋਰਟਫੋਲੀਓ ਸਿਸਟਮ ਆ ਗਿਆ ਪਹਿਲਾਂ ਕੀ ਸੀਗਾ ਕਿ ਸਾਰਾ ਕੰਮ ਸਰਕਾਰ ਨੇ ਕਰਨਾ ਹੁਣ ਸਰਕਾਰ ਨੇ ਆਪਣੇ ਅੰਗੇ ਡਿਪਾਰਟਮੈਂਟ ਬਣਾਤੇ ਹੁਣ ਮੇਨ ਵਾਇਸਰਾਏ ਨੂੰ ਸਾਰੀ ਗੱਲ ਪੁੱਛਣ ਦੀ ਲੋੜ ਨਹੀਂ ਜਿਹੜਾ ਜਿਹੜਾ ਡਿਪਾਰਟਮੈਂਟ ਆ ਉਹ ਆਪਣੇ ਡਿਪਾਰਟਮੈਂਟ ਲਈ ਕੀ ਆ ਆਪ ਡਿਸੀਜਨ ਲੈ ਸਕਦਾ ਆ ਹੁਣ ਫਾਈਨੈਂਸ ਵਾਲਾ ਬੰਦਾ ਫਾਈਨੈਂਸ ਨੂੰ ਦੇਖੇ ਡਿਫੈਂਸ ਵਾਲਾ ਬੰਦਾ ਡਿਫੈਂਸ ਨੂੰ ਦੇਖੇ ਇੱਕ ਬੰਦੇ ਨੂੰ ਇੱਕ ਜਾਂ ਦੋ ਡਿਪਾਰਟਮੈਂਟ ਦੇ ਦਿੱਤੇ ਜਾਂਦੇ ਸਨ ਅਤੇ ਉਸ ਨੂੰ ਆਪਣੇ ਵਿਭਾਗ ਜਾਂ ਵਿਭਾਗਾਂ ਦੇ ਮਾਮਲਿਆਂ ਬਾਰੇ ਕਾਉਂਸਲ ਦੀ ਤਰਫੋਂ ਅੰਤਿਮ ਆਦੇਸ਼ ਜਾਰੀ ਕਰਨ ਲਈ ਅਧਿਕਾਰ ਦਿੱਤਾ ਗਿਆ ਸੀ ਹਾਂ ਵੀ ਮੈਂ ਐਜ਼ ਅ ਰਿਪਰੈਜ਼ੈਂਟੇਸ਼ਨ ਆਫ ਦਾ ਕਾਉਂਸਲ ਫਾਈਨਲ ਡਿਸੀਜਨ ਲੈ ਸਕਦਾ ਆ ਆਪਣੇ ਡਿਪਾਰਟਮੈਂਟ ਆਪਣੇ ਵਿਭਾਗ ਨਾਲ ਸੰਬੰਧਿਤ ਕੁਐਸਚਨ ਆ ਸਕਦਾ ਹੈ ਪੋਰਟਫੋਲੀਓ ਸਿਸਟਮ ਕਿਹੜੇ ਐਕਟ 1861 ਕੌਂਸਲ ਐਕਟ ਦੇ ਅਧੀਨ ਬਣਾਇਆ ਗਿਆ ਠੀਕ ਹੈ ਜੀ ਵਾਇਸਰਾਏ ਨੂੰ ਐਮਰਜੈਂਸੀ ਦੌਰਾਨ ਵਿਧਾਨ ਸਭਾ ਦੀ ਸਹਿਮਤੀ ਤੋਂ ਬਿਨਾਂ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ ਹੈ ਨਾ ਵਿਧਾਨ ਸਭਾ ਲੈਜਿਸਲੇਟਿਵ ਕੌਂਸਲ ਦੀ ਸਹਿਮਤੀ ਤੋਂ ਬਿਨਾਂ ਖੁਦ ਵਾਇਸਰਾਏ ਆਰਡੀਨੈਂਸ ਜਾਰੀ ਕਰ ਸਕਦਾ ਸੀ ਆਰਡੀਨੈਂਸ ਕੀ ਹੁੰਦਾ ਦੇਖੋ ਅੱਜ ਦੇ ਟਾਈਮ ਵਿੱਚ ਵੀ ਨਾ ਭਾਰਤ ਵਿੱਚ ਜਿੱਦਾਂ ਮੰਨ ਲਓ ਪਾਰਲੀਮੈਂਟ ਸੈਸ਼ਨ ਵਿੱਚ ਨਹੀਂ ਹੈ ਤੇ ਕੋਈ ਕਾਨੂੰਨ ਬਣਾਉਣਾ ਹੈ ਹੁਣ ਪਾਰਲੀਮੈਂਟ ਸੈਸ਼ਨ 'ਚ ਨਹੀਂ ਆ ਲੋਕ ਸਭਾ ਸੈਸ਼ਨ 'ਚ ਨਹੀਂ ਆ ਤੇ ਕਾਨੂੰਨ ਕਿੱਦਾਂ ਬਣੇਗਾ ਬਿਲ ਕਿੱਦਾਂ ਪਾਸ ਹੋਊਗਾ ਉਹ ਫਿਰ ਇਹ ਪ੍ਰਵਿਨਸ਼ਨ ਹੁੰਦੀ ਆ ਕਿ ਕੁਝ ਸਮੇਂ ਲਈ ਸਿੱਧਾ ਪ੍ਰੈਜ਼ੀਡੈਂਟ ਆਰਡੀਨੈਂਸ ਲੈ ਕੇ ਆ ਜਾਏ ਆਰਡੀਨੈਂਸ ਦਾ ਮਤਲਬ ਬਿਨਾਂ ਪਾਰਲੀਮੈਂਟ ਤੋਂ ਪਾਸ ਕਰਾਏ ਪ੍ਰੈਜ਼ੀਡੈਂਟ ਸਿੱਧਾ ਕਾਨੂੰਨ ਬਣਾ ਦਿੰਦਾ ਹਾਲਾਂਕਿ ਇਹ ਕਾਨੂੰਨ ਪਰਮਾਨੈਂਟ ਨਹੀਂ ਹੁੰਦੇ ਐਟ ਪ੍ਰੈਜ਼ੈਂਟ ਸਾਡੇ ਭਾਰਤ ਵਿੱਚ 6 ਮਹੀਨੇ ਚੱਲਦੇ ਆ ਜਦੋਂ ਇੱਕ ਵਾਰੀ ਆਰਡੀਨੈਂਸ ਬਣ ਜਾਂਦਾ ਆਰਡੀਨੈਂਸ ਦੀ ਡਿਟੇਲ ਅਸੀਂ ਅੱਗੇ ਜਾ ਕੇ ਪੜ੍ਹਾਂਗੇ ਤੁਸੀਂ ਇਹਨਾਂ ਸਮਝ ਲਓ ਕਿ ਹਾਂ ਵੀ ਬਾਈਸ ਰਾਇ ਨੂੰ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਵੀ ਦੇ ਦਿੱਤਾ ਗਿਆ ਬਿਨਾ ਵਿਧਾਨ ਸਭਾ ਲੈਜਿਸਲੇਟਿਵ ਕੌਂਸਲ ਦੀ ਸਹਿਮਤੀ ਤੋਂ ਇਹ ਆਰਡੀਨੈਂਸ ਜਾਰੀ ਕਰ ਸਕਦਾ ਸੀ ਕਿਹੜੇ ਐਕਟ 1861 ਠੀਕ ਹੈ ਜੀ ਅੱਗੇ ਆਂਦਾ ਜੀ ਇੰਡੀਅਨ ਕੌਂਸਲ ਐਕਟ ਆਫ 1892 ਭਾਰਤੀ ਕੌਂਸਲ ਐਕਟ 1892 ਕੀ ਸੀ ਜੀ ਇਹਦੀਆਂ ਪ੍ਰੋਵੀਜ਼ਨਸ ਕੇਂਦਰੀ ਅਤੇ ਸੂਬਾਈ ਵਿਧਾਨ ਸਭਾਵਾਂ ਵਿੱਚ ਬਾਦੂ ਭਾਵ ਗੈਰ ਸਰਕਾਰੀ ਮੈਂਬਰਾਂ ਦੀ ਗਿਣਤੀ ਵਧਾਈ ਗਈ ਸੀ ਹੁਣ ਪਹਿਲਾ ਐਕਟ ਆਇਆ ਜੀ ਕੌਂਸਲ ਐਕਟ 61 ਉਹਦੇ ਵਿੱਚ ਕਿਹਾ ਵੀ ਹਾਂ ਵੀ ਭਾਰਤੀਆਂ ਨੂੰ ਲੈ ਲਓ ਹੁਣ ਅੱਗੇ-ਅੱਗੇ ਜਿਹੜੇ ਐਕਟ ਹੋਣੇ ਨਾ ਉਹਦੇ ਵਿੱਚ ਇਹੀ ਹੋਣਾ ਕਿ ਭਾਰਤੀਆਂ ਦੀ ਸੰਖਿਆ ਵੀ ਵਧਾਓ ਕੌਂਸਲ ਵਿੱਚ ਤੇ ਉਹਨਾਂ ਨੂੰ ਪਾਵਰਾਂ ਵੀ ਜ਼ਿਆਦਾ ਦਿਓ ਹੁਣ ਕੀ ਆ ਗੈਰ ਸਰਕਾਰੀ ਮੈਂਬਰ ਜਿਹੜੇ ਸੀ ਉਹਨਾਂ ਦੀ ਗਿਣਤੀ ਵਧਾਤੀ ਠੀਕ ਹੈ ਜੀ ਗਿਣਤੀ ਵਧਾਤੀ ਪਰ ਉਹਨਾਂ ਵਿੱਚ ਅਧਿਕਾਰਤ ਬਹੁਮਤ ਕਾਇਮ ਰੱਖਿਆ ਗਿਆ ਸੀ ਗਿਣਤੀ ਭਾਵੇਂ ਵਧਾਤੀ ਪਰ ਮੇਨ ਬਹੁਮਤ ਕਿੰਨਾ ਦਾ ਆ ਆਫੀਸ਼ੀਅਲ ਮੈਂਬਰ ਦਾ ਹੀ ਗਿਣਤੀ ਥੋੜੀ ਵਧਾ ਦਿੱਤੀ ਪਰ ਇਹ ਮੈਜੋਰਟੀ ਜੀ ਨਹੀਂ ਆਏ ਬਹੁਤੀ ਜ਼ਿਆਦਾ ਵੀ ਨਹੀਂ ਵਧਾਈ ਮੇਨ ਬਹੁਮਤ ਕਿੰਨਾ ਦਾ ਰਿਹਾ ਆਫੀਸ਼ੀਅਲ ਮੈਂਬਰ ਦਾ ਹੀ ਠੀਕ ਹੈ ਜੀ ਵਿਦਾਨ ਸਭਾ ਦੇ ਕੰਮਕਾਜ ਵਿੱਚ ਵਾਧਾ ਕੀਤਾ ਗਿਆ ਉਹਨਾਂ ਦੇ ਵਰਕਿੰਗ ਵਿੱਚ ਵੀ ਵਧਾਤਾ ਕੰਮ ਹਾਂ ਵੀ ਤੁਸੀਂ ਪਹਿਲਾਂ ਕੰਮ ਉਹਨਾਂ ਨੂੰ ਘਟ ਦਿਤਤੇ ਸੀ ਹੁਣ ਜ਼ਿਆਦਾ ਕਰਤੇ ਵਿਦਾਨ ਸਭਾ ਕੰਮਕਾਜ ਵਧਾਤੇ ਤੇ ਹੁਣ ਉਹਨਾਂ ਨੂੰ ਬਜਟ ਤੇ ਚਰਚਾ ਕਰਨ ਅਤੇ ਕਾਰਜਕਾਰਨੀ ਨੂੰ ਸਵਾਲਾਂ ਦੇ ਜਵਾਬ ਦੇਣ ਦਾ ਅਧਿਕਾਰ ਮਿਲ ਗਿਆ ਮਤਲਬ ਹੁਣ ਉਹ ਬਜਟ ਤੇ ਵੀ ਡਿਸਕਸ਼ਨ ਕਰ ਸਕਦੇ ਸੀ ਤੇ ਸਰਕਾਰ ਨੂੰ ਕੁਐਸਚਨ ਵੀ ਕਰ ਸਕਦੇ ਸੀ ਇੱਕ ਕਾਰਜਕਾਰਨੇ ਕਾਰਜਕਾਰਨੇ ਕੀ ਸੀ ਐਗਜ਼ੀਕਿਊਟਿਵ ਮਤਲਬ ਸਰਕਾਰ ਵਾਇਸਰਾਏ ਦੁਆਰਾ ਕੇਂਦਰੀ ਵਿਧਾਨਪਾਲਿਕਾ ਪਰਿਸ਼ਦ ਦੇ ਮਾਮਲੇ ਵਿੱਚ ਸੂਬਾਈ ਵਿਧਾਨ ਸਭਾਵਾਂ ਅਤੇ ਬੰਗਾਲ ਚੈਂਬਰਸ ਆਫ ਕਮਰਸ ਨੂੰ ਸਪਾਰਸ਼ ਤੇ ਠੀਕ ਹੈ ਸਪਾਰਸ਼ ਕਰੇਗਾ ਸੂਬਾ ਦੀਆਂ ਵਿਧਾਨ ਸਭਾਵਾਂ ਤੇ ਬੰਗਾਲ ਚੈਂਬਰਸ ਆਫ ਕਮਰਸ ਠੀਕ ਤਾਂ ਫਿਰ ਨਾਮਿਨੇਟ ਕੌਣ ਕਰੇਗਾ ਵਾਇਸਰਾਏ ਇਹ ਕਿੱਥੇ ਗੱਲ ਹੋ ਰਹੀ ਹੈ ਜੀ ਸੈਂਟਰਲ ਲੈਵਲ ਤੇ ਸੈਂਟਰ ਲੈਵਲ ਤੇ ਜਿਹੜੀ ਕੌਂਸਲ ਆ ਉਹਦੇ ਵਿੱਚ ਬੰਦੇ ਕਿਦਾਂ ਨਾਮਿਨੇਟ ਹੋਣੇ ਆ 22 22 ਰਾਏ ਨਾਮਿਨੇਟ ਕਰੇਗਾ ਸਪਾਰਸ ਕੌਣ ਪਾਏਗਾ ਵਿਧਾਨ ਸਭਾਵਾਂ ਸੂਬਾ ਦੀਆਂ ਸਭਾਵਾਂ ਹਨਾ ਸੂਬਾ ਦੀਆਂ ਵਿਧਾਨ ਸਭਾਵਾਂ ਅਤੇ ਬੰਗਾਲ ਚੈਂਬਰਸ ਆਫ ਕਮਰਸ ਚੈਂਬਰਸ ਆਫ ਕਮਰਸ ਇੱਕ ਕਮਰਸ ਦੀ ਬੋਡੀ ਹੁੰਦੀ ਹੈ ਜੀ ਵਪਾਰੀਆਂ ਦੀ ਇਹਨਾਂ ਦੀ ਸਪਾਰਸ ਤੇ ਅੱਛਾ ਸੂਬਾਈ ਵਿਧਾਨ ਸਭਾਵਾਂ ਦੇ ਮਾਮਲੇ ਵਿੱਚ ਤਾਂ ਜਿਹੜੀ ਸੂਬਾ ਦਾ ਪੱਧਰ ਤੇ ਤੁਹਾਡੀ ਲੈਜਿਸਲੇਟਿਵ ਕੌਂਸਲਸ ਹੈਗੀਆਂ ਆ ਅਸੈਂਬਲੀਆਂ ਹੈਗੀਆਂ ਆ ਉਹਨਾਂ ਬੀਟੇ ਮੈਂਬਰ ਕਿਦਾਂ ਨਾਮਜ਼ਦ ਹੋਣਗੇ ਉਹਨਾਂ ਨੂੰ ਕਰੇਗਾ ਰਾਜਪਾਲ ਠੀਕ ਹੈ ਰਾਜਪਾਲ ਦੁਆਰਾ ਪਰਸਪਾਰ ਸਿਫਾਰਸ਼ ਕੌਣ ਕਰੂਗਾ ਜ਼ਿਲ੍ਹਾ ਬੋਰਡ ਨਗਰ ਪਾਲਿਕਾਾਂ ਮਾ ਯੂਨੀਵਰਸਟੀਆਂ ਵਪਾਰਿਕ ਸੰਗ ਵਪਾਰਿਕ ਜਿਹੜੇ ਗਰੁੱਪ ਆ ਉਹ ਜ਼ਿੰਮੇਦਾਰ ਅਤੇ ਚੈਂਬਰਾਂ ਦੀ ਸਿਫਾਰਸ਼ ਤੇ ਠੀਕ ਹੈ ਜੀ ਤੁਸੀਂ ਜ਼ਿਆਦਾ ਡੀਪ ਨਹੀਂ ਜਾਣਾ ਇਹਨਾਂ ਸਮਝ ਲਓ ਕਿ ਸੈਂਟਰ ਵਿੱਚ ਨਾਮਜ਼ਦ ਕਰੇਗਾ ਵਾਈਸ ਰਾਏ ਨੋਮੀਨੇਟ ਤੇ ਸੂਬਾ ਪੱਧਰ ਤੇ ਰਾਜਪਾਲ ਨੋਮੀਨੇਟ ਕਰੇਗਾ ਕੁਝ ਮੈਂਬਰ ਗੈਰ ਸਰਕਾਰੀ ਨੋਨ ਅਫੀਸ਼ੀਅਲ ਮੈਂਬਰ ਅਗੇ ਕੱਲ ਆਂਦੀ ਜੀ ਭਾਰਤੀ ਕੌਂਸਲ ਐਕਟ 1909 वाला। इस भी जाने है। बहुत है? 1909 ਵਾਲਾ ਇਸ ਐਕਟ ਨੂੰ ਮੋਰਲੇ ਮਿੰਟੋ ਸੁਧਾਰਾਂ ਵਜੋਂ ਵੀ ਜਾਣਿਆ ਜਾਂਦਾ ਹੈ ਮੋਰਲੇ ਮਿੰਟੋ ਰਿਫਾਰਮਸ ਬਹੁਤ ਇੰਪੋਰਟੈਂਟ ਕਿਹੜੇ ਐਕਟ ਨੂੰ ਕਿਹਾ ਜਾਂਦਾ ਹੈ 1909 ਵਾਲੇ ਐਕਟ ਨੂੰ ਕਿਉਂਕਿ ਉਸ ਸਮੇਂ ਲਾਰਡ ਮੋਰਲੇ ਭਾਰਤ ਦਾ ਸਕੱਤਰ ਸੀ ਸੈਕਟਰੀ ਆਫ ਸਟੇਟ ਸੀ ਅਤੇ ਲਾਰਡ ਮਿੰਟੋ ਭਾਰਤ ਦਾ ਵਾਇਸ ਰਾਏ ਸੀ ਇਸ ਕਰਕੇ ਇਸ ਨੇ ਕੇਂਦਰੀ ਅਤੇ ਸੂਬਾਈ ਦੋਵਾਂ ਵਿਧਾਨ ਸਭਾਵਾਂ ਦੇ ਆਕਾਰ ਵਿੱਚ ਕਾਫੀ ਵਾਧਾ ਕੀਤਾ ਹੁਣ ਆਕਾਰ ਹੁਣ ਵਧਾਤਾ ਕੇਂਦਰ ਦਾ ਵੀ ਤੇ ਸੂਬਾ ਦਾ ਵੀ ਕੀ ਵਿਧਾਨ ਸਭਾਵਾਂ ਦੇ ਸੈਂਟਰਲ ਲੈਵਲ ਤੇ ਸਟੇਟ ਲੈਵਲ ਸੂਬਾ ਪੱਧਰ ਤੇ ਜਿਹੜੀਆਂ ਵਿਧਾਨ ਸਭਾਵਾਂ ਸਨ ਉਹਨਾਂ ਦੇ ਆਕਾਰ ਨੂੰ ਕਾਫੀ ਵਧਾਤਾ ਠੀਕ ਹੈ ਜੀ ਕੇਂਦਰੀ ਵਿਧਾਨ ਪ੍ਰੀਸ਼ਦ ਵਿੱਚ ਅਧਿਕਾਰਿਤ ਬਹੁਮਤ ਪ੍ਰਕਰਾਰ ਰੱਖਿਆ ਗਿਆ ਸੀ ਸਰਕਾਰ ਦਾ ਬਹੁਮਤ ਕੇਂਦਰ ਵਿੱਚ ਜਿਹੜੀ ਪ੍ਰੀਸ਼ਦ ਸੀ ਉੱਥੇ ਕਾਇਮ ਰਿਹਾ ਪਰ ਸੂਬਾਈ ਵਿਧਾਨ ਸਭਾਵਾਂ ਵਿੱਚ ਇਸ ਨੂੰ ਗੈਰ ਸਰਕਾਰੀ ਬਹੁਮਤ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ ਨਾਨ ਅਫੀਸ਼ੀਅਲ ਮੈਂਬਰਸ ਮੈਜੋਰਟੀ ਹੋ ਸਕਦੇ ਆ ਜਿਹੜੇ ਇੰਡੀਆ ਨੂੰ ਨਾਮਜ਼ਦ ਕੀਤੇ ਗਏ ਆ ਉਹ ਮੈਜੋਰਟੀ ਹੋ ਸਕਦੇ ਆ ਕਿੱਥੇ ਪ੍ਰੋਵਿੰਸ਼ੀਅਲ ਲੈਵਲ ਤੇ ਸੂਬਾਈ ਪੱਧਰ ਤੇ ਇਸ ਨੇ ਕੇਂਦਰੀ ਅਤੇ ਸੂਬਾਈ ਪੱਧਰਾਂ ਤੇ ਵਿਦਾਂਤ ਵਾਵਾਂ ਦੇ ਵਿਚਕਾਰ ਦੇ ਵਿਚਾਰ ਵਟਾਂਦਰੇ ਦੇ ਕਾਰਜਾਂ ਨੂੰ ਵੀ ਬਤਾਇਆ ਇਸਨੇ ਕੇਂਦਰੀ ਅਤੇ ਸੂਬਾਈ ਪੱਧਰਾਂ ਤੇ ਵਿਦਾਂਤ ਸਵਾਵਾਂ ਨੇ ਵਿਚਾਰ ਵਟਾਂਦਰੇ ਦੇ ਕਾਰਜਾਂ ਨੂੰ ਵੀ ਬਤਾਇਆ ਵੀ ਹੁਣ ਇਹ ਹੋਰ ਜ਼ਿਆਦਾ ਮੈਟਰ ਡਿਸਕਸ ਕਰ ਸਕਦੇ ਸੀ ਧਿਆਨ ਰੱਖੋ ਆਪਾਂ ਗੱਲਾਂ ਕਰਦੇ ਪਏ ਆ ਅੰਗਰੇਜ਼ੀ ਸਰਕਾਰ ਦੀਆਂ ਜਿੱਥੇ ਸਾਡੇ ਉੱਤੇ ਕੀ ਆ ਬਾਹਲੀ ਤਾਕਤ ਕਾਬਜ਼ਾ ਤੇ ਉਹ ਆਪਣੀ ਸਾਥ ਨਾਲ ਕੰਮ ਕਰਦੇ ਸੀ ਆਮ ਜਨਤਾ ਕੋਲੋਂ ਖਾਟ ਉਨਾਂ ਦੀ ਕੋ ਆਮ ਜਨਤਾ ਨੂੰ ਘੱਟ ਪੁਸ਼ਪੜਤਲ ਹੁੰਦੀ ਸੀ ਪਰ ਹੌਲੀ-ਹੌਲੀ ਹੁਣ ਕੀ ਹੈ ਇੰਡੀਅਨਸ ਦੀ ਰਿਪਰੈਜ਼ੈਂਟੇਸ਼ਨ ਹੋਣ ਲੱਗ ਗਈ ਕੌਨਸਲੈਕਟ 61 ਆਇਆ ਕਿਹਾ ਗਿਆ ਹਾਂ ਵੀ ਇੰਡੀਅਨਸ ਨੂੰ ਲੈ ਕੇ ਆਓ ਫਿਰ ਹੌਲੀ-ਹੌਲੀ ਉਹਨੂੰ ਬਤਾਇਆ ਗਿਆ ਸੰਖਿਆ ਵਧਾਈ ਗਈ ਉਹਨਾਂ ਨੂੰ ਫੰਕਸ਼ਨ ਜ਼ਿਆਦਾ ਦਿੱਤੇ ਗਏ ਪਾਵਨਾ ਜ਼ਿਆਦਾ ਦਿੱਤੀਆਂ ਗਈਆਂ ਤੇ ਹੁਣ ਜਾ ਕੇ ਕੀ ਹੈ ਉਹ ਡਿਸਕਸ਼ਨ ਵੀ ਕਰ ਸਕਦੇ ਸੀ ਹੋਰ ਜ਼ਿਆਦਾ ਟੌਪਿਕ ਤੇ ਹੋਰ ਜਾ ਕੇ ਮੁੱਦਿਆਂ ਤੇ ਡਿਸਕਸ਼ਨ ਕਰ ਸਕਦੇ ਸੀ ਉਦਾਹਰਨ ਦੇਖੋ ਮੈਂਬਰਾਂ ਨੂੰ ਬਜਟ ਤੇ ਮਤੇ ਪੇਸ਼ ਕਰਨ ਪੂਰਕ ਸਵਾਲ ਪੁੱਛਣ ਸਿੰਪਲ ਕੌਂਸਲ ਨੂੰ ਸਵਾਲ ਪੁੱਛਣ ਆਦਿ ਇਜਾਜ਼ਤ ਮਿਲ ਗਈ ਸੀ ਬਜਟ ਡਿਸਕਸ ਕਰਨ ਦੀ ਤੇ ਉਹਨਾਂ ਨੂੰ ਸਵਾਲ ਪੁੱਛਣ ਦੀ ਇਜਾਜ਼ਤ ਮਿਲ ਗਈ ਸੀ ਜਿਹੜੇ ਮੈਂਬਰ ਹੁਣ ਉਹ ਕੌਂਸਲ ਨੂੰ ਸਰਕਾਰ ਨੂੰ ਸਵਾਲ ਵੀ ਪੁੱਛ ਸਕਦੇ ਸੀ ਕਹਿੰਦਾ ਮਤਲਬ ਇੰਨੀ ਹੁਣ ਪਾਵਰ ਬਣਾਈ ਗਈ ਪਹਿਲੀ ਵਾਰ ਵਾਈਸ ਰਾਏ ਅਤੇ ਗਵਰਨਰਾਂ ਦੀ ਕਾਰਜਕਾਰੀ ਕੌਂਸਲਾਂ ਮਤਲਬ ਸੈਂਟਰਲ ਲੈਵਲ ਤੇ ਵਾਈਸ ਰਾਏ ਦੀ ਤੇ ਸਟੇਟ ਲੈਵਲ ਤੇ ਗਵਰਨਰਾਂ ਦੀ ਜਿਹੜੀ ਐਗਜ਼ੀਕਿਊਟਿਵ ਕੌਂਸਲਸ ਲੀਆਂ ਐਗਜ਼ੀਕਿਊਟਿਵ ਕੌਂਸਲ ਨੂੰ ਤੁਸੀਂ ਸਮਝ ਲਓ ਸਰਕਾਰ ਇਹ ਖੁੰਦੇ ਲੈਜਿਸਲੇਟਿਵ ਜਿਹੜੇ ਵਿਧਾਨ ਸਭਾਵਾਂ ਵਗੈਰਾ ਵਿੱਚ ਲੈਜਿਸਲੇਟਿਵ ਕੌਂਸਲ ਵਿੱਚ ਬੈਹਂਦੇ ਆ ਤੇ ਕਾਨੂੰਨ ਪਾਸ ਕਰਦੇ ਆ ਇਹ ਖੁੰਦੀ ਸਰਕਾਰ ਉਹ ਕਹਿੰਦੇ ਐਗਜ਼ੀਕਿਊਟਿਵ ਕੌਂਸਲ ਜੋ ਜਿਸ ਤਰ੍ਹਾਂ ਅਸੀਂ ਅੱਜ ਦੇ ਟੈਮਪਸ ਕਹਿ ਲਈਏ ਵੀ ਸਾਰੇ ਐਮਪੀ ਚੁਣੇ ਗਏ ਆ ਉਹ ਹੈਗੇ ਲੈਜਿਸਲੇਚਰ ਉਹਨਾਂ ਵਿੱਚੋਂ ਜਿਹੜੇ ਸਰਕਾਰ ਬਣੀ ਆ ਉਹਨੂੰ ਕਹਿੰਦੇ ਐਗਜ਼ੀਕਿਊਟਿਵ ਜਿਹੜੇ ਮਨਿਸਟਰ ਵਗੈਰਾ ਸਾਰੇ ਹੈਡਡ ਬਾਏ ਪ੍ਰਾਈਮ ਮਿਨਿਸਟਰ ਤੇ ਉਹ ਸਮੇਂ ਜਿਹੜੀ ਸੈਂਟਰ ਲੈਵਲ ਤੇ ਵਾਈਸ ਰਾਏ ਦੀ ਐਗਜ਼ੀਕਿਊਟਿਵ ਕੌਂਸਲ ਤੇ ਸਟੇਟ ਲੈਵਲ ਤੇ ਗਵਰਨਰ ਦੀ ਐਗਜ਼ੀਕਿਊਟਿਵ ਕੌਂਸਲ ਠੀਕ ਉਹਨਾਂ ਨਾਲ ਭਾਰਤੀਆਂ ਦੀ ਸਾਂਝ ਲਈ ਪ੍ਰਬੰਧ ਕੀਤੇ ਗਏ ਸਨ ਮਤਲਬ ਹੁਣ ਇੰਡੀਅਨ ਕੌਂਸਲਸ ਵਿੱਚ ਵੀ ਐਗਜ਼ੀਕਿਊਟਿਵ ਕੌਂਸਲਸ ਵਿੱਚ ਵੀ ਇੰਟਰ ਕਰਨਗੇ ਪਹਿਲਾਂ ਗੱਲ ਹੋਈ ਸੀ ਲੈਜਿਸਲੇਟਿਵ ਕੌਂਸਲ ਦੀ ਹੁਣ ਗੱਲ ਆਈ ਹੈ ਕਿ ਐਗਜ਼ੀਕਿਊਟਿਵ ਕੌਂਸਲ ਵਿੱਚ ਵੀ ਭਾਰਤੀਆਂ ਨੂੰ ਲਾਓ ਠੀਕ ਹੈ ਜੀ ਵਾਇਸਰਾਏ ਦੇ ਕਾਰਜਕਾਰੀ ਕੌਂਸਲ ਵਿੱਚ ਸ਼ਾਮਿਲ ਹੋਣ ਵਾਲਾ ਪਹਿਲਾ ਭਾਰਤੀ ਸਤਿੰਦਰ ਪ੍ਰਸਾਦ ਸਿਨਾ ਸੀ ਤੇ ਇੱਕ ਕੁਐਸਚਨ ਆ ਸਕਦਾ ਐਗਜ਼ੀਕਿਊਟਿਵ ਕੌਂਸਲ ਵਿੱਚ ਕਾਰਜਕਾਰੀ ਕੌਂਸਲ ਵਿੱਚ ਐਂਟਰੀ ਲੈਣ ਵਾਲਾ ਸ਼ਾਮਿਲ ਹੋਣ ਵਾਲਾ ਪਹਿਲਾ ਭਾਰਤੀ ਕੌਣ ਸੀ ਤਾਂ ਆਨਸਰ ਹੈ ਜੀ ਸਤਿੰਦਰ ਪ੍ਰਸਾਦ ਸਿਨਾ ਯਾਦ ਰੱਖਿਓ ਤਿੰਦਰ ਪ੍ਰਸਾਦ ਸਿਨਾ ਉਹਨਾਂ ਨੂੰ ਕਾਨੂੰਨ ਮੈਂਬਰ ਨਿਯੁਕਤ ਕੀਤਾ ਗਿਆ ਸੀ ਉਹਨਾਂ ਨੂੰ ਕਿਹੜਾ ਮੈਂਬਰਸ ਬਣਾਇਆ ਗਿਆ ਕਾਨੂੰਨ ਵਾਲਾ ਮੈਂਬਰ ਕਾਨੂੰਨ ਵਾਲਾ ਮੈਂਬਰ ਨਿਯੁਕਤ ਕੀਤਾ ਗਿਆ ਸੀ ਠੀਕ ਹੈ ਜੀ ਵੀ ਇਹਨਾਂ ਕੋ ਕਾਨੂੰਨ ਮੰਤਰਾਲੇ ਵਗੈਰਾ ਹੋਏਗਾ ਕਾਨੂੰਨ ਮੈਂਬਰ ਆ ਜੀ ਲਾਅ ਮੈਂਬਰ ਇਸ ਨੇ ਮੁ슬ਮਾਨਾਂ ਲਈ ਵੱਖਰੇ ਵੋਟਰਾਂ ਪਾਪ ਸੈਪਰੇਟ ਇਲੈਕਟੋਰੇਟ ਦੀ ਤਾਲਨਾ ਨੂੰ ਸਵੀਕਾਰ ਕੀਤਾ ਇਸ ਵਿੱਚ ਇਹ ਮੰਨਿਆ ਗਿਆ ਮੁ슬림 ਰਿਪਰੈਜ਼ੈਂਟੇਟਿਵ ਨੂੰ ਚੁਣਨ ਲਈ ਮੁਸਲਮ ਹੀ ਵੋਟ ਕਰਨਗੇ ਇਹਨੂੰ ਕਹਿੰਦੇ ਜੀ ਸੈਪਰੇਟ ਇਲੈਕਟਰੋਟ ਠੀਕ ਹੈ ਜੇ ਇੱਕ ਗਰੁੱਪ ਦਾ ਰਿਪਰੈਜ਼ੈਂਟੇਸ਼ਨ ਤੇ ਚੁੜਨਾ ਆ ਜਾਂ ਤੁਸੀਂ ਨੁਮਾਇੰਦਾ ਚੁੜਨਾ ਆ ਤਾਂ ਸਾਰੇ ਵੋਟਾਂ ਪਾ ਕੇ ਨਹੀਂ ਚੁੜੂਗੇ ਸਿਰਫ ਉਸ ਧਰਮ ਦੇ ਲੋਕ ਹੀ ਉਸ ਗਰੁੱਪ ਦੇ ਲੋਕ ਹੀ ਉਹਨੂੰ ਵੋਟ ਪਾ ਕੇ ਚੁਣੂਗੇ ਮਤਲਬ ਮੁਸਲਮ ਨੂੰ ਸਿਰਫ ਮੁਸਲਮ ਵੋਟ ਪਾ ਕੇ ਹੀ ਚੁਣੂਗੇ ਇਹਨੂੰ ਕਹਿੰਦੇ ਜੀ ਸੈਪਰੇਟ ਇਲੈਕਟਰੋਟ ਇਸ ਤਹਿਤ ਸਿਰਫ ਮੁਸਲਮ ਵੋਟਰ ਹੀ ਮੁਸਲਮ ਮੈਂਬਰਾਂ ਦੀ ਚੋਣ ਕਰ ਸਕਦੇ ਸਨ ਠੀਕ ਹੈ ਜੀ ਇਸ ਤਰ੍ਹਾਂ ਇਸ ਐਕਟ ਨੇ ਮੁਸਲਮਾਨਾਂ ਲਈ ਫਿਰਕੂ ਪ੍ਰਤੀਨਿਧਤਾ ਮਤਲਬ ਕਮਿਊਨਲ ਰਿਪਰਿਜ਼ੈਂਟੇਸ਼ਨ ਧਰਮ ਦੇ ਆਧਾਰ ਤੇ ਨੁਮਾਇੰਦਗੀ ਦੀ ਇੱਕ ਪ੍ਰਣਾਲੀ ਪੇਸ਼ ਕੀਤੀ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਐਕਟ ਨੇ ਫਿਰਕਾ ਪ੍ਰਸਤੀ ਨੂੰ ਕਾਨੂੰਨੀ ਰੂਪ ਦਿੱਤਾ ਵਿਹਾਂ ਵੀ ਹੁਣ ਧਰਮ ਦੇ ਆਧਾਰ ਤੇ ਹੀ ਗੱਲ ਚੱਲੇਗੀ ਤੇ ਇਹਨੂੰ ਫਿਰਕਾ ਪ੍ਰਸਤੀ ਵੀ ਕਹਿ ਸਕਦੇ ਹਾਂ ਠੀਕ ਅਤੇ ਲਾਰਡ ਮਿੰਟੋ ਨੂੰ ਫਿਰਕੂ ਵੋਟਰਾਂ ਦੇ ਪਿਤਾਮਾ ਫਾਦਰ ਆਫ ਕਮਿਊਨਲ ਇਲੈਕਟੋਰੇਟ ਫਾਦਰ ਆਫ ਕਮਿਊਨਲ ਇਲੈਕਟੋਰੇਟ ਫਿਰਕੂ ਵੋਟਰਾਂ ਦੇ ਪਿਤਾਮਾ ਵੱਜੋਂ ਜਾਣਿਆ ਗਿਆ ਹੈ ਜਾਂ ਜਾਣਿਆ ਜਾਂਦਾ ਹੈ ਵੀ ਹਾਂ ਵੀ ਇਹਨਾਂ ਨੇ ਆਪਣੀ ਪਰਮਿਸ਼ਨ ਦੇਤੀ ਕਮਰਸ਼ਲ ਰਿਪਰੈਜ਼ੈਂਟੇਸ਼ਨ ਨੂੰ ਇਸਨੇ ਪ੍ਰੈਜ਼ੀਡੈਂਸੀ ਕਾਰਪੋਰੇਸ਼ਨ ਆ ਚੈਂਬਰ ਆਫ ਕਮਰਸ ਜਮੀਦਾਰ ਅਤੇ ਯੂਨੀਵਰਸਟੀਆਂ ਦੀ ਵੱਖਰੀ ਪ੍ਰਤੀਨਿਧਤਾ ਹਨਾ ਇਹਨਾਂ ਸਭ ਨੂੰ ਵੱਖਰੀ ਪ੍ਰਤੀਨਿਧਤਾ ਪ੍ਰਦਾਨ ਕੀਤੀ ਠੀਕ ਹੈ ਜੀ ਇਹ ਪੁਆਇੰਟ ਪੜ੍ਹ ਲਿਓ ਅੱਗੇ ਪੜ੍ਹਦੇ ਹਾਂ ਜੀ ਭਾਰਤ ਸਰਕਾਰ ਦਾ ਐਕਟ 1919 ਇਹ ਬਹੁਤ ਇੰਪੋਰਟੈਂਟ ਐਕਟ ਆ 1919 ਵਾਲਾ ਐਕਟ ਹੁਣ ਹੋਇਆ ਕੀ ਇਸ ਗਾਣਾ ਕੀ ਯਾਦ ਕਰੋ 1913 ਤੋਂ ਲੈ ਕੇ ਉਨਹੀਂ ਹੁਣ ਤੱਕ ਨਾ 18 ਤੱਕ ਪਹਿਲਾ ਵਿਸ਼ਵ ਜੁੱਧ ਚੱਲਿਆ ਬਹੁਤ ਉਤਲ ਪੁਤਲ ਮਚੀ ਸੀ ਹਨਾ ਤੇ ਤੁਹਾਡਾ ਹੋਮ ਰੂਲ ਲੀਗ ਵੀ ਆਈ ਸੀ ਗਦਰ ਮੂਵਮੈਂਟ ਵੀ ਚੱਲੀ ਐ ਉਸੇ ਦੌਰਾਨ ਤੇ ਕਾਫੀ ਮਤਲਬ ਖਲਬਲੀ ਜੀ ਹੋਈ ਸੀ ਭਾਰਤ ਵਿੱਚ ਫਿਰ ਨਾ ਬੀ 1917 ਇਹ ਬਹੁਤ ਇੰਪੋਰਟੈਂਟ ਪੁਆਇੰਟ ਆ 2 اگست 1917 ਨੂੰ ਬ੍ਰਿਟਿਸ਼ ਸਰਕਾਰ ਨੇ ਕਿਹਾ ਤਾਂ ਵੀ ਹੁਣ ਸਾਡਾ ਏਮ ਕੀ ਆ ਕਿ ਹੌਲੀ ਹੌਲੀ ਭਾਰਤ ਵਿੱਚ ਇੱਕ ਜ਼ਿੰਮੇਵਾਰ ਸਰਕਾਰ ਰਿਸਪਾਂਸਿਬਲ گورنمنٹ ਲੈ ਕੇ ਆਣਾ ਭਾਵ ਅਸੀਂ ਹੁਣ ਚੱਲ ਜਾਣਾ ਆ ਆਉਣ ਵਾਲੇ ਸਮੇਂ 'ਚ ਤਾਂ ਜਿਹੜੇ ਭਾਰਤੀ ਆ ਉਹਨਾਂ ਨੂੰ ਹੀ ਅਸੀਂ ਰਾਜ ਦੇ ਕੇ ਜਾਵਾਂਗੇ ਇਹ ਗੱਲ 1917 'ਚ ਕਹੀ ਹੁਣ ਇਸ ਗੱਲ ਦੇ ਤਹਿਤ ਫਿਰ ਕੁਝ ਕਾਨੂੰਨ ਆਏ ਉਹਨਾਂ ਵਿੱਚ ਪਹਿਲਾ ਕਾਨੂੰਨ ਸੀ ਭਾਰਤ ਸਰਕਾਰ ਦਾ ਐਕਟ 1919 ਪਹਿਲੀ ਵਾਰ 2 اگਸਤ 1917 ਨੂੰ ਬ੍ਰਿਟਿਸ਼ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹਨਾਂ ਦਾ ਉਦੇਸ਼ ਭਾਰਤ ਵਿੱਚ ਜ਼ਿੰਮੇਵਾਰ ਸਰਕਾਰ ਦੀ ਹੌਲੀ-ਹੌਲੀ ਸ਼ੁਰੂਆਤ ਕਰਨਾ ਹੈ। ਮੈਂ ਹੌਲੀ-ਹੌਲੀ ਅਸੀਂ ਭਾਰਤ ਵਿੱਚ ਰਿਸਪਾਂਸਿਬਲ ਗਵਰਨਮੈਂਟ ਲੈ ਕੇ ਆਵਾਂਗੇ। ਇਹਦਾ ਇੰਡਾਇਰੈਕਟਲੀ ਮਤਲਬ ਇਹ ਸੀ ਕਿ ਅਸੀਂ ਭਾਰਤ ਨੂੰ ਆਜ਼ਾਦ ਕਰ ਦਾਂਗੇ ਪਰ ਕਿਸ ਤਰ੍ਹਾਂ ਆਜ਼ਾਦ ਕਰਾਂਗੇ ਹੌਲੀ-ਹੌਲੀ ਇੱਥੇ ਰਿਸਪਾਂਸਿਬਲ ਗਵਰਨਮੈਂਟ ਲਿਆ ਕੇ ਐਦਾਂ ਦੀ ਗਵਰਨਮੈਂਟ ਜਿਹੜੀ ਕਿ ਜਨਤਾਪਤੀ ਜਵਾਬਦੇਹ ਹੋਏਗੀ। ਜ਼ਿੰਮੇਵਾਰ ਸਰਕਾਰ ਮਤਲਬ ਇੰਡੀਅਨਸ ਦੀ ਰਿਪਰੈਜ਼ੈਂਟੇਸ਼ਨ ਲੈ ਕੇ ਆਵਾਂਗੇ ਚੰਗੀ ਤਰ੍ਹਾਂ ਵੀ ਤੁਹਾਨੂੰ ਹੀ ਦੇ ਕੇ ਜਾਵਾਂਗੇ ਰਾਜ ਇਹ ਇੰਡੀਕੇਸ਼ਨ ਸੀ ਵੀ ਹੁਣ ਅਸੀਂ ਚੱਲ ਜਾਣਾ ਬਹੁਤ ਇੰਪੋਰਟੈਂਟ ਡਿਕਲੇਰੇਸ਼ਨ ਆ ਇਹ ਅੱਛਾ ਜੀ ਇਸ ਤਰ੍ਹਾਂ 1919 ਦਾ ਪਾਰਟ ਸਰਕਾਰ ਐਕਟ ਲਾਗੂ ਕੀਤਾ ਗਿਆ ਜੋ 1921 ਵਿੱਚ ਲਾਗੂ ਹੋਇਆ ਹਨਾ ਪਹਿਲਾਂ ਲੈ ਕੇ ਆਏ 1919 ਵਿੱਚ ਐਕਟ ਤੇ ਲਾਗੂ ਕਦੋਂ ਹੋਇਆ ਠੀਕ ਹੈ ਲਾਗੂ ਹੋਇਆ ਜੀ 1921 ਵਿੱਚ ਇਸ ਐਕਟ ਨੂੰ ਮੌਨ ਟੈਗੋ ਜੈਂਸ ਫੋਰਡ ਸੁਧਾਰਾਂ ਵੱਜੋਂ ਵੀ ਜਾਣਿਆ ਜਾਂਦਾ ਹੈ ਕਿਉਂ ਕਿ ਉਸ ਸਮੇਂ ਮੌਨਟੈਗੋ ਕੀ ਸੀ ਭਾਰਤ ਦਾ ਸਖਤਰ ਸੀ ਸੈਕਟਰੀ ਆਫ ਸਟੇਟਸ ਸੀ ਅਤੇ ਲਾਰਡ ਜੈਂਸ ਫੋਰਡ ਕੌਣ ਸੀ ਭਾਰਤ ਦਾ ਵਾਈਸ ਰਾਏ ਸੀ ਠੀਕ ਹੈ ਜੀ ਹੁਣ ਇਸ ਐਕਟ ਦੀਆਂ ਪ੍ਰੋਵੀਜ਼ਨਸ ਪੜਦੇ ਆ ਜੀ ਕੁਝ ਪੜਦੇ ਆ ਇਹਦੀਆਂ ਪ੍ਰੋਵੀਜ਼ਨਸ ਬਹੁਤ ਇੰਪੋਰਟੈਂਟ ਆ ਇਸਨੇ ਕੇਂਦਰੀ ਅਤੇ ਸੂਬਾਈ ਵਿਸ਼ਿਆਂ ਦੀ ਹੱਤਬੰਦੀ ਕੀਤੀ ਅਤੇ ਵੱਖ ਕੀਤਾ ਇਹਨਾਂ ਨੂੰ ਕੇਂਦਰੀ ਵਿਸ਼ੇ ਸੈਂਟਰਲ ਲੈਵਲ ਦੇ ਸਬਜੈਕਟ ਤੇ ਸੂਬਾ ਲੈਵਲ ਦੇ ਸਬਜੈਕਟ ਅਲੱਗ-ਅਲੱਗ ਕਰਤੇ ਹਾਂ ਵੀ ਆ ਸਬਜੈਕਟ ਹੈ ਕੇ ਕੇਂਦਰ ਤੇ ਆ ਸਬਜੈਕਟ ਹੈ ਕੇ ਆ ਵਿਸ਼ੇ ਹੈ ਕੇ ਆ ਸੂਬਾ ਦੇ ਪ੍ਰੋਵਿੰਸਸ ਦੇ ਸਟੇਟ ਦੇ ਵੀ ਹਾਂ ਵੀ ਤੁਸੀਂ ਇੰਨਾ-ਇੰਨਾ ਟੌਪਿਕਾਂ ਤੇ ਕਾਨੂੰਨ ਬਣਾ ਸਕਦੇ ਆ ਇਸ ਤਰ੍ਹਾਂ ਸੂਬਿਆਂ ਉੱਤੇ ਕੇਂਦਰੀ ਨਿਯੰਤਰਣ ਵਿੱਚ ਢਿੱਲ ਦਿੱਤੀ ਗਈ ਚਲੋ ਜੀ ਸੂਬਿਆਂ ਨੂੰ ਉਹਨਾਂ ਦੇ ਆਪਣੇ ਸਬਜੈਕਟ ਦੇਤੇ ਤਾਂ ਇੱਕ ਹਿਸਾਬ ਨਾਲ ਸੈਂਟਰ ਦਾ ਕੰਟਰੋਲ ਹੁਣ ਸੂਬਿਆਂ ਤੇ ਘੱਟ ਰਿਹਾ ਸੂਬਿਆਂ ਨੂੰ ਥੋੜੀ ਇੰਡੀਪੈਂਡੈਂਸ ਦਿੱਤੀ ਗਈ ਕੇਂਦਰੀ ਨਿਯੰਤਰਣ ਵਿੱਚ ਟਿਲ ਦਿੱਤੀ ਗਈ। ਹੁਣ ਕੇਂਦਰੀ ਅਤੇ ਸਭਾਈ ਵਿਧਾਨ ਸਭਾਵਾਂ ਆਪੋ ਆਪਣੇ ਵਿਸ਼ੇ ਦੀ ਸੂਚੀ ਤੇ ਕਾਨੂੰਨ ਬਣਾ ਸਕਦੀਆਂ ਸਨ। ਠੀਕ ਹੈ ਇਹਨਾਂ ਦੋਹਾਂ ਦੇ ਸੈਂਟਰ ਤੇ ਸਟੇਟ ਲੈਵਲ ਸੈਂਟਰ ਤੇ ਪ੍ਰੋਵਿੰਸਸ ਲੈਵਲ ਤੁਹਾਨੂੰ ਪਤਾ ਕਿ ਉਸ ਸਮੇਂ ਸਟੇਟ ਨੂੰ ਪ੍ਰੋਵਿੰਸਸ ਕਹਿੰਦੇ ਸੀ ਜੋ ਅੱਜ ਦੀਆਂ ਸਾਡੀਆਂ ਸਟੇਟਸ ਆ ਉਸ ਸਮੇਂ ਕੀ ਸੀ ਪ੍ਰੋਵਿੰਸਸ ਸੀ ਤੇ ਹੁਣ ਕੀ ਹੈ ਇਹਨਾਂ ਦੇ ਆਪਣੇ ਆਪਣੇ ਸਬਜੈਕਟ ਹੋ ਗਏ ਤੇ ਇਹ ਆਪਣੇ ਆਪਣੇ ਸਬਜੈਕਟ ਤੇ ਕਾਨੂੰਨ ਬਣਾ ਸਕਦੇ ਸਨ ਠੀਕ ਹੈ ਜੀ। ਮਤਲਬ ਸਬਜੈਕਟ ਦੀ ਡਿਵੀਜ਼ਨ ਕਰਤੀ 1919 ਵਾਲੇ ਐਕਟ ਨੇ ਹਾਲਾਂਕਿ ਸਰਕਾਰ ਦਾ ਢਾਂਚਾ ਇੱਕਸਾਰ ਅਤੇ ਕੇਂਦਰੀਕ੍ਰਿਤ ਰਿਹਾ ਠੀਕ ਯੂਨਿਟਰੀ ਰਿਹਾ ਸੈਂਟਰਲਾਈਜ਼ਡ ਰਿਹਾ ਫਿਰ ਵੀ ਥੋੜੇ ਸਬਜੈਕਟ ਤਾਂ ਆਵੇਂ ਇਸ ਪ੍ਰੋਵਿੰਸਸ ਨੂੰ ਦੇਤੇ ਪਰ ਫਿਰ ਵੀ ਓਵਰঅল ਅਸੀਂ ਇਹ ਨਹੀਂ ਕਹਿ ਸਕਦੇ ਕਿ ਸੰਘੀ ਢਾਂਚਾ ਆ ਗਿਆ ਫੈਡਰਲਿਜ਼ਮ ਆ ਗਿਆ ਨਹੀਂ ਨਹੀਂ ਫਿਰ ਵੀ ਕੀ ਹੈ ਯੂਨਿਟਰੀ ਸੀ ਸੈਂਟਰਲਾਈਜ਼ੇਸ਼ਨ ਸੀ ਕੇਂਦਰੀਕ੍ਰਿਤ ਢਾਂਚਾ ਸੀ ਸੂਬਾਈ ਵਿਸ਼ਿਆਂ ਨੂੰ ਹੁਣ ਜਿਹੜੇ ਵਿਸ਼ੇ ਸੂਬੇ ਨੂੰ ਦਿੱਤੇ ਗਏ ਆ ਪ੍ਰੋਵਿੰਸਸ ਨੂੰ ਦਿੱਤੇ ਗਏ ਆ ਉਹਨਾਂ ਨੂੰ ਵੀ ਅੱਗੇ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ ਸੁਭਾਈ ਵਿਸ਼ਿਆਂ ਨੂੰ ਅੱਗੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਇੱਕ ਸੀ ਜੀ ਟ੍ਰਾਂਸਫਰਡ ਦੂਸਰਾ ਸੀ ਰਿਜ਼ਰਵਡ ਟ੍ਰਾਂਸਫਰਡ ਨੂੰ ਕਹਿੰਦੇ ਪੰਜਾਬੀ ਵਿੱਚ ਤਬਾਦਲਾ ਤਬਾਦਲਾ ਕਹਾਂਗੇ ਕੀ ਕਹਾਂਗੇ ਹੁਣ ਇੱਕ ਐਗਜ਼ੈਕਟ ਮਤਲਬ ਤੁਸੀਂ ਦੇਖ ਲੈਣਾ ਇੱਕ ਸੀ ਜੀ ਰਿਜ਼ਰਵਡ ਹੁਣ ਇਹ ਸਬਜੈਕਟ ਕੀ ਹੁੰਦੇ ਆ ਉਹ ਅਸੀਂ ਨੈਕਸਟ ਕਲਾਸ ਵਿੱਚ ਪੜ੍ਹਦੇ ਹਾਂ ਅੱਜ ਲਈ ਇੰਨਾ ਹੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ